ਸਸਿਆ ਗੱਲ ਜੀ ਸਵਾਗਤ ਹੈ ਤੁਹਾਡਾ-ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ 34 ਜੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਐਮ ਐਸ ਡਬਲਯੂ 34 ਜੋ ਪਹਿਲਾਂ ਦੀ ਤਰ੍ਹਾਂ ਜਿਹੜੀ 7ਵੀਂ ਕਲਾਸ ਦੀ ਬੁੱਕ ਹੈ ਸੈਵਨਥ ਕਲਾਸ ਦੀ ਜਿਹੜੀ ਐਸ ਐਸ ਟੀ ਹੈ ਜਿਸ ਨੂੰ ਸਮਾਜਿਕ ਸਿੱਖਿਆ ਕਹਿੰਦੇ ਨੇ ਉਸ ਨਾਲ ਸੰਬੰਧ ਪੀ ਐਸ ਟੈਟ ਵਾਸਤੇ ਸਾਰੇ ਹੀ ਜਿਹੜੇ ਕੁਐਸਚਨ ਤੁਹਾਡੇ ਅੱਗੇ ਰੱਖੇ ਜਾ ਰਹੇ ਹੈ ਤੇ ਅੱਜ ਜਿਹੜਾ ਅਸੀਂ ਲੈਸਨ ਲੈ ਕੇ ਆਏ ਨੈਕਸਟ ਤੁਸੀਂ ਦੇਖ ਸਕਦੇ ਹੋ ਇਸ ਲੈਸਨ ਦੇ ਵਿੱਚ ਅੱਜ ਜਿਹੜਾ ਕੀਤਾ ਜਾਏਗਾ ਕਬੀਲੇ ਖਾਣਾ ਬਦੋਸ਼ ਤੇ ਸਥਿਰ ਪਾਈਚਾਰੀ ਨਾਲ ਸੰਬੰਧ ਜਿੰਨੇ ਵੀ ਐਮ ਸੀ ਕਯੂ ਬਣਦੇ ਹੈ ਠੀਕ ਹੈ ਉਹਨਾਂ ਬਾਰੇ ਗੱਲ ਹਾਂਜੀ ਸਭ ਤੋਂ ਪਹਿਲਾ ਕੁਐਸਚਨ ਤੁਸੀਂ ਦੇਖ ਸਕਦੇ ਹੋ ਮੱਧਕਾਲ ਦੌਰਾਨ ਸਮਾਜ ਕਿਹੜੀਆਂ ਚਾਰ ਜਾਤਾਂ ਵਿੱਚ ਵੰਡਿਆ ਹੋਇਆ ਸੀ? ਬ੍ਰਾਹਮਣ, ਕੁਸ਼ਤਰੀ, ਵੈਸ਼, ਸੂਦਰ ਇਹ ਜਿਹੜੀ ਚਾਰ ਇੰਪੋਰਟੈਂਟ ਜਾਤਾਂ ਹੈਗੀਆਂ ਉਸ ਤੋਂ ਬਾਅਦ। ਦੁਰਗਾ ਭਤੀ ਨੇ ਕਿਹੜੇ ਮੁਗਲ ਸ਼ਾਸਕ ਦੀ ਈਨ ਮੰੰਣੀ ਮੰਨਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਸੀ ਦੁਰਗਾ ਭਤੀ ਨੇ ਅਕਬਰ ਦੀ। ਨੈਕਸਟ ਅਯੋਕੇ ਬਿਹਾਰ ਅਤੇ ਚਾਰਖਣ ਦੇ ਇਲਾਕੇ ਵਿੱਚ 12ਵੀਂ ਸਦੀ ਵਿੱਚ ਕਿਸ ਵੰਸ਼ ਦਾ ਉਥਾਨ ਹੋਇਆ? ਚੇਰ ਵੰਸ਼ ਦਾ। ਨੈਕਸਟ ਗੱਲ ਕਰ ਲੈਨੇ। ਸਤੀ ਪ੍ਰਥਾ ਤੋਂ ਕੀ ਭਾਵ ਹੈ ਦੇਖੋ ਸਤੀ ਪ੍ਰਥਾ ਕੀ ਹੈ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਦਾ ਜਿਉਣਾ ਹੀ ਪਤੀ ਦੀ ਚਿਤਾ ਨਾਲ ਅੱਗ ਵਿੱਚ ਸੜਨਾ ਉਸ ਨੂੰ ਕੀ ਕਿਹਾ ਜਾਂਦਾ ਸੀ ਸਤੀ ਪ੍ਰਥਾ ਕਿਹਾ ਜਾਂਦਾ ਸੀ ਕੀ ਸੀ ਸਤੀ ਪ੍ਰਥਾ ਇੱਕ ਵਾਰ ਦੁਬਾਰਾ ਸਤੀ ਪ੍ਰਥਾ ਤੋਂ ਭਾਵ ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਤਾਂ ਜਿਹੜਾ ਉਸ ਔਰਤ ਨੂੰ ਵੀ ਜਿਹੜਾ ਅੱਗ ਦੇ ਵਿੱਚ ਜਿਉਂਦਾ ਹੀ ਸਾੜ ਦਿੱਤਾ ਜਾਂਦਾ ਸੀ ਉਸ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ ਉਹ ਸਤੀ ਹੋ ਜਾਂਦੀ ਸੀ ਉਸ ਦੇ ਵਿੱਚ ਉਸ ਤੋਂ ਬਾਅਦ ਅਹੋਮ ਬੰਛ ਦਾ ਪਹਿਲਾ ਸ਼ਾਸਕ ਕੌਣ ਸੀ ਸੁਫਾਕਾ ਉਹ ਹੋਂ ਬੰਚਦਾ ਜਿਹੜਾ ਪਹਿਲਾ ਸ਼ਾਸਕ ਸ਼ਾਸਕ ਹੈਗਾ ਸੀ ਉਸੀ ਸੁਫਾਕਾ ਨੈਕਸਟ ਸੌਰੀ ਇਹ ਵੈਰੀ ਇੰਪੋਰਟੈਂਟ ਹੈ ਜਿਹੜਾ ਹੁਣ ਨੈਕਸਟ ਕੁਐਸਚਨ ਹੈ ਗੋੜ ਕਬੀਲਿਆਂ ਦੀ ਜ਼ਿਆਦਾ ਗਿਣਤੀ ਕਿਹੜੇ ਭਾਗ ਵਿੱਚ ਹੈ ਮੱਧ ਭਾਰਤ ਦੇ ਵਿੱਚ ਗੋੜ ਕਬੀਲੇ ਦੀ ਮਸ਼ਹੂਰ ਇਸਤਰੀ ਸ਼ਾਸਕ ਦਾ ਨਾਮ ਸੋ ਵੈਰੀ ਵੈਰੀ ਇੰਪੋਰਟੈਂਟ ਰਾਣੀ ਦੁਰਗਾਵਤੀ ਨੈਕਸਟ ਕਿਹੜੇ ਕਾਲ ਦੌਰਾਨ ਹਿੰਦੂ ਧਰਮ ਦਾ ਬਹੁਤ ਵਿਕਾਸ ਹੋਇਆ ਜਵਾਹਰ ਹਿੰਦੂ ਤਰਮਦਾ ਵਿਕਾਸ ਕਿਹੜੇ ਕਾਲ ਦੇ ਦੌਰਾਨ ਹੋਇਆ 800 ਈਸਵੀ ਤੋਂ ਲੈ ਕੇ 1200 ਈਸਵੀ ਦੇ ਦੌਰਾਨ ਆਹੋਮ ਕਬੀਲੇ ਦੇ ਲੋਕ 13ਵੀਂ ਸਦੀ ਵਿੱਚ ਕਿਹੜੇ ਦੇਸ਼ ਤੋਂ ਆਸ਼ਾਮ ਆਈ ਚੀਨ ਤੋਂ ਭਗਤੀ ਲਹਿਰ ਦੇ ਸੰਤਾਂ ਨੇ ਕਿਸ ਬराई ਦੇ ਸਮਾਜ ਵਿੱਚ ਕਿਸ ਬराई ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਉਸੀ ਜਾਤੀ ਪ੍ਰਥਾ ਜਿਹੜੀ ਜਾਤੀ ਪ੍ਰਥਾ ਇੱਥੇ ਲਿਖਿਆ ਆਇਆ ਹੈ ਜਾਤੀ ਪ੍ਰਥਾ ਜਿਹੜੀ ਬ੍ਰਾਈ ਸੀ ਉਸ ਨੂੰ ਖਤਮ ਕਰਨ ਦੇ ਵਿੱਚ ਜਿਹੜਾ ਭਗਤੀ ਲਹਿਰ ਦੇ ਲੋਕਾਂ ਨੇ ਜਿੰਨੇ ਵੀ ਭਗਤੀ ਲਹਿਰ ਦੇ ਲੋਕ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਇੱਕ ਭਗਤੀ ਲਹਿਰ ਦੇ ਸੰਤ ਮੰਨੇ ਜਾਂਦੇ ਆ ਠੀਕ ਹੈ ਤਾਂ ਉਹਨਾਂ ਨੇ ਜਾਤੀ ਪ੍ਰਥਾ ਜਿਹੜਾ ਕਟੜ ਜਿਹੜੇ ਵਿਰੋਧੀ ਹੈਗੇ ਸੀ ਉਹ ਨੈਕਸਟ ਆ ਜੀ ਧਾਰਮਿਕ ਵਿਕਾਸ ਨਾਲ ਜਿਹੜੇ ਸੰਬੰਧ ਪ੍ਰਸ਼ਨ ਹੈਗੇ ਦੇਖ ਸਕਦੇ ਹੋ ਲੈਸਨ 18ਵਾਂ ਜੋ 7ਥ ਕਲਾਸ ਦੀ ਬੁੱਕ ਦਾ ਐਸੀਆਰਟੀ ਵੱਲੋਂ ਪ੍ਰਕਾਸ਼ਿਤ ਹੈਗੀ ਹੈ ਉੱਤਰੀ ਭਾਰਤ ਵਿੱਚ ਕਿਹੜੇ ਦੋ ਮਤ ਬਹੁਤ ਲੋਕਪ੍ਰੀਏ ਹਨ ਸ਼ੈ ਮਾਤੇ ਵੈਸ਼ਨਵਤ ਦੇਖੋ ਇਥੇ ਕੀ ਜਿਹੜੇ ਸ਼ੈ ਮਤ ਵਾਲੇ ਆ ਉਹ ਕੀ ਦੀ ਪੂਜਾ ਕਰਦੇ ਸੀ ਸ਼ਿਵ ਦੀ ਪੂਜਾ ਕਰਦੇ ਸੀ ਜਿਹੜੇ ਵੈਸ਼ਨਵ ਮਤ ਵਾਲੇ ਆ ਉਹ ਕੀ ਹੈ বিষ্ণੂ ਦੀ ਪੂਜਾ ਕਰਦੇ ਸੀ ਅਦ ਵੈਦ ਤੋਂ ਕੀ ਭਾਵ ਹੈ ਵੈਰੀ ਇੰਪੋਰਟੈਂਟ ਪਰਮਾਤਮਾ ਤੇ ਆਤਮਾ ਵਿੱਚ ਕੋਈ ਅੰਤਰ ਨਹੀਂ ਇਸ ਦਾ ਮਤਲਬ ਕੀ ਸੀ ਅਦ ਵੈਦ ਇਸਲਾਮ ਧਰਮ ਦੇ ਮੋਢੀ ਕੌਣ ਸਨ ਇਹਨਾਂ ਦਾ ਜਨਮ ਕਦੋਂ ਹੋਇਆ ਇਸਲਾਮ ਧਰਮ ਦੇ ਮੋਢੀ ਸੀ ਹਾਜ਼ਰਤ ਮੁਹੰਮਦ 570 ਇਸਵੀ ਮੱਕੇ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਇਹਨਾਂ ਨੇ ਜਿਹੜੀ ਇਸਲਾਮ ਧਰਮ ਦਾ ਜਿਹੜਾ ਮੋਢੀ ਮੰਨਿਆ ਗਿਆ ਜਿਹੜਾ ਇਸਲਾਮ ਧਰਮ ਇਹਨਾਂ ਨੇ ਕਿ ਸਥਾਪਨਾ ਕੀਤੀ ਹੈ ਅਕਬਰ ਬਾਦਸ਼ਾਹ ਨੇ ਫਤਿਹਪੁਰ ਸਿਕਰੀ ਵਿੱਚ ਕੀ ਬਣਵਾਇਆ ਤਾਂ ਅਕਬਰ ਬਾਦਸ਼ਾਹ ਨੇ ਜਿਹੜਾ ਫਤਿਹਪੁਰ ਸਿਕਰੀ ਦੇ ਵਿੱਚ ਬਣਵਾਇਆ ਸੀ ਇਬਾਦਤ ਖਾਨਾ ਅਕਬਰ ਨੇ ਸਾਰੇ ਧਰਮਾਂ ਦੇ ਮੁਢਲੇ ਸਿਧਾਂਤਾਂ ਨੂੰ ਇਕੱਠਾ ਕਰਕੇ ਕਿਸ ਧਰਮ ਦੀ ਨਹੀਂ ਰੱਖੀ ਇੱਕ ਨਵੇਂ ਧਰਮ ਜਿਸ ਦਾ ਨਾਮ ਸੀ ਦੀਨੇ ਇਲਾਹੀ ਅਕਬਰ ਨੇ ਸਾਰੇ ਧਰਮਾਂ ਦੇ ਮੁਟਲਿਸਨਾਤ ਨੂੰ ਇਕੱਠਾ ਕਰਕੇ ਜਿਹੜੀ ਦਿਨੇ ਇਲਾਹੀ ਜਿਹੜਾ ਇੱਕ ਧਰਮ ਬਣਾਇਆ ਸੀ ਉਸ ਤੋਂ ਸਿੱਖਾਂ ਦੇ ਪਹਿਲੇ ਗੁਰੂ ਕੌਣ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੈਕਸਟ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਵਿਖੇ ਕੁਰਬਾਨੀ ਦਿੱਤੀ ਕਿਹੜੇ ਗੁਰੂ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਵਿਖੇ ਕੁਰਬਾਨੀ ਦਿੱਤੀ ਨੌਵੇਂ ਗੁਰੂ ਸੀ ਸਿੱਖਾਂ ਦੇ ਇਕ ਲਸਾਨੀ ਸਹਾਦਤ ਜਿਹੜੀ ਮੰਨੀ ਜਾਂਦੀ ਹੈ ਸਿੱਖ ਪੰਥ ਦੇ ਵਿੱਚ ਵੈਰੀ ਵੈਰੀ ਇੰਪੋਰਟੈਂਟ ਹੈ ਵੀ ਪੰਜ ਪਿਆਰਿਆਂ ਦੀ ਚੋਣ ਕਿਸ ਗੁਰੂ ਨੇ ਅਰੰਭ ਕੀਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਸੀ ਵਿੱਚ ਬਸਾਖੀ ਵਾਲੇ ਦਿਨ ਜਿਹੜਾ ਇਹ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਸੀ ਸੰਤ ਰਵੀਦਾਸ ਜੀ ਦਾ ਜਨਮ ਕਿੱਥੇ ਹੋਇਆ ਬਨਾਰਸ ਦੇ ਵਿੱਚ ਹੋਇਆ ਨੈਕਸਟ ਸੂਫੀ ਸੰਤਾਂ ਵਿੱਚੋਂ ਸਭ ਤੋਂ ਪ੍ਰਸਿੱਧ ਸੰਤ ਦਾ ਨਾਂ ਸੋ ਜਿਹੜਾ ਸੂਫੀ ਸੰਤ ਸੀਗੇ ਜਿਹੜੇ ਉਨ੍ਹਾਂ ਵਿੱਚ ਜਿਹੜਾ ਦੇਖੋ ਸੂਫੀ ਮੁਸਲਮਾਨ ਹੀ ਹੈਗੀ ਸੀ ਪਹਿਲੇ ਤੇ ਇਹ ਤੁਹਾਨੂੰ ਪਤਾ ਹੋਣਾ ਜਿਹੜੇ ਸੂਫੀ ਸੀ ਉਹ ਮੁਸਲਮਾਨ ਸੀ ਠੀਕ ਹੈ ਜੀ ਤਾਂ ਉਹਨਾਂ ਵਿੱਚ ਜਿਹੜਾ ਸਭ ਤੋਂ ਪ੍ਰਸਿੱਧ ਇਹ ਮੁਸਲਮਾਨਾਂ ਦੀ ਹੀ ਇੱਕ ਕੈਟਾਗਰੀ ਸੀ ਤਾਂ ਜਿਹੜਾ ਸਭ ਤੋਂ ਪ੍ਰਸਿੱਧ ਸੰਤ ਹੈਗਾ ਸੀ ਉਹ ਸੀ ਹਾਜ਼ਰਤ ਖਵਾਜਾ ਮੋਇਨਦੀਨ ਚਿਸ਼ਤੀ ਸੂਫੀ ਸੰਤ ਜਿਹਨੇ ਕਿ ਚਿਸ਼ਤੀ سلسلے ਨੂੰ ਅੱਗੇ ਚਲਾਇਆ ਸੀ ਇਸ ਤੋਂ ਅੱਗੇ ਨੈਕਸਟ ਜੀ ਦੇਖ ਸਕਦੇ ਹੋ ਖੇਤਰੀ ਅਤੇ ਸੱਭਿਆਚਾਰਕ ਵਿਕਾਸ ਇਸ ਦੀ ਗੱਲ ਕਰ ਲਈਏ ਥੋੜੀ ਜੀ 19 ਲੈਸਨ ਹੈਗਾ ਇਸ ਵਿੱਚ ਭਾਰਤ ਵਿੱਚ ਤੁਰਕਾਂ ਦੁਆਰਾ ਕਿਹੜੀ ਭਾਸ਼ਾ ਸ਼ੁਰੂ ਕੀਤੀ ਗਈ ਸੀ ਫਾਰਸੀ ਦੇਖੋ ਇਹ ਵੈਰੀ ਇੰਪੋਰਟੈਂਟ ਹੈ ਇਹ ਕੁਚਨ ਪੁੱਛਿਆ ਜਾ ਸਕਦਾ ਹੈ ਜਿਹੜੀ ਫਾਰਸੀ ਭਾਸ਼ਾ ਉਹ ਕਿੱਥੋਂ ਆਈ ਹੈ ਤਾਂ ਉਹ ਤੁਰਕਾਂ ਦੁਆਰਾ ਆਈਗੀ ਕਿਸ ਕਾਲ ਨੂੰ ਫਾਰਸੀ ਭਾਸ਼ਾ ਦਾ ਸਨਹਿ ਯੂ ਕਿਹਾ ਜਾਂਦਾ ਹੈ ਮੋਗਲ ਕਾਲ ਨੈਕਸਟ ਕਿਸ ਬਾਸ਼ਾ ਨੇ ਰਮਾਂ ਤੇ ਮਹਾਪਰਦਾ ਸੰਸਕ੍ਰਿਤ ਭਾਸ਼ਾ ਤੋਂ ਫਾਰਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਵੈਰੀ ਵੈਰੀ ਆਈ ਐਮ ਪੀ ਹੈਗਾ ਜੀ ਠੀਕ ਹੈ ਜੀ ਤਾਂ ਉਹ ਹੈ ਅਕਬਰ ਨੇ ਨੈਕਸਟ ਬਾਬਰ ਦੀ ਪ੍ਰਸਿੱਧ ਆਤਮਕਥਾ ਦਾ ਕੀ ਨਾਮ ਹੈ ਬਾਬਰ ਨਾਮਾ ਜਾਂ ਤੁਜਕੇ ਬਾਵਰੀ ਕਹਿ ਸਕਦੇ ਹੋ ਉਸ ਮੁਗਲ ਕਾਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਗ ਰਾਗ ਗਰਮੀਆਂ ਦੇ ਅਨੁਸਾਰ ਕਿਸ ਦੀ ਰਚਨਾ ਕੀਤੀ ਆਦ ਗ੍ਰੰਥ ਦੀ ਰਚਨਾ ਕੀਤੀ ਜਿਹੜੇ ਕਿ ਸਿੱਖਾਂ ਦੇ ਪੰਜਵੇਂ ਗੁਰੂ ਸੀ ਠੀਕ ਹੈ 1604 ਈਸਵੀ ਦੇ ਵਿੱਚ ਜਿਹੜੀ ਇਹ ਰਚਨਾ ਕੀਤੀ ਗਈ ਸੀ ਸਿੱਖਾਂ ਦੀ ਇੱਕ ਧਾਰਮਿਕ ਪਵਿੱਤਰ ਪੁਸਤਕ ਹੈਗੀ ਹੈ ਆਦ ਗ੍ਰੰਥ ਜਿਹਨੂੰ ਗੁਰੂ ਗ੍ਰੰਥ ਸਾਹਿਬ ਦਾ ਨਾਮ ਵੀ ਦਿੱਤਾ ਗਿਆ ਬਾਅਦ ਵਿੱਚ ਉਸ ਤੋਂ ਬਾਅਦ ਕੀ ਹੈ ਜਪਜੀ ਸਾਹਿਬ ਆਸ਼ਾ ਦੀ ਬਾਾਰ ਸਿੱਧ ਗੋਸ਼ਟੀ ਅਤੇ ਬਾਬਰ ਬਾਣੀ ਇਹ ਜਿਹੜੀਆਂ ਰਚਨਾਵਾਂ ਨੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੇ ਕਿਹबीर ਪੁੱਛਿਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਮੱਤੇ ਆਪਣਾ ਰਚਨਾਵਾਂ ਨੂੰ ਜਪਜੀ ਆਸ਼ਾਦੀ ਵਾਰ ਸਿੱਧ ਗੋਸ਼ਟੀ ਤੇ ਬਾਬਰ ਬਾਣੀ ਚੰਡੀ ਦੀ ਵਾਰ ਕਿਸ ਦੀ ਰਚਨਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੈਕਸਟ ਹੀਰ ਦੇ ਪ੍ਰਸਿੱਧ ਕਵੀ ਪ੍ਰਸਿੱਧ ਕਿਸੇ ਦੀ ਰਚਨਾ ਕਿਸ ਨੇ ਕੀਤੀ ਬਾਰਸ਼ਾ ਨੇ ਨੈਕਸਟ ਮੱਜੀ ਪ੍ਰਥਾ ਦੀ ਜਿਹੜੀ ਸਥਾਪਨਾ ਉਹ ਕਿਸ ਗੁਰੂ ਨੇ ਕੀਤੀ ਹੈ ਕਿਸ ਦੁਆਰਾ ਜਿਹੜੀ ਚਲਾਈ ਗਈ ਸੀ ਤੋਂ ਉਸੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਇੱਥੇ ਇੱਕ ਹੋਰ ਨੋਟ ਕਰਨ ਲਈ ਜਿਹੜੀ ਮਸੰਦ ਪ੍ਰਥਾ ਹੈ ਉਹ ਚੌਥੇ ਗੁਰੂ ਆਰਮਦਾਸ ਜੀ ਨੇ ਚਲਾਈ ਸੀ ਹਾਂਜੀ ਨੈਕਸਟ 18ਵੀਂ ਸਦੀ ਵਿੱਚ ਮੁਗਲਾਂ ਤੋਂ ਸੁਤੰਤਰ ਹੋਣ ਵਾਲਾ ਪਹਿਲਾ ਰਾਜ ਕਿਹੜਾ ਸੀ ਬੰਗਾਲ ਬਹਾਦਰ ਸ਼ਾਹ ਪਹਿਲੇ ਨੇ ਦਿੱਲੀ ਸੁਲਤਾਨਤ ਦੇ ਕਿੰਨਾ ਸਮਾਂ ਰਾਜ ਕੀਤਾ ਸੀ ਤੁਸੀਂ 6 ਸਾਲ ਜਹਾਂਦਰ ਦੀ ਮੌਤ ਤੋਂ ਬਾਅਦ ਦਿੱਲੀ ਸਲਤਨਤ ਤੇ ਕਿਸ ਕਿਸ ਨੇ ਜਿਹੜਾ ਰਾਜ ਕੀਤਾ ਸੀ ਉਸੀ ਫਰੋਖਸ਼ੀਰ ਫਰੋਖਸ਼ੀਰ ਜਿਹੜਾ ਬੰਦਾ ਬਹਾਦਰ ਦੇ ਸਮੇਂ ਜਿਹੜਾ ਬਾਦਸ਼ਾਹ ਰਿਹਾ ਹੈ ਜਿਸ ਨੇ ਕੇ ਬੰਦਾ ਬਹਾਦਰ ਨੂੰ ਸ਼ਹੀਦ ਕਰਵਾਤਾ ਸੀ ਉਸ ਤੋਂ ਦਿੱਲੀ ਸਲਤਨਤ ਤੇ 1919 ਤੋਂ ਲੈ ਕੇ 1748 ਈਸਵੀ ਤੱਕ ਕਿਸ ਨੇ ਰਾਜ ਕੀਤਾ ਮੁਹੰਮਦ ਸ਼ਾਹ ਨੇ ਨੈਕਸਟ ਮੋਗਲ ਸਾਮਰਾਜ ਦਾ ਆਖਰੀ ਸ਼ਾਸਕ ਕੌਣ ਸੀ ਉਸੀ ਬਹਾਦਰ ਸ਼ਾ ਜਫਰ ਨੈਕਸਟ ਅਲੀ ਵਰਦੀ ਖਾਨ ਤੋਂ ਬਾਅਦ 1756 ਇਸ ਬੰਗਾਲ ਦਾ ਬੰਗਾਲ ਦਾ ਜਿਹੜਾ ਸ਼ਾਸਕ ਬਣਿਆ ਸੀ ਉਸੀ ਸਰਾਜੂਦੋਲਾ ਸਰਾਜੂਦੋਲਾ ਉਸੇ ਜਿਸ ਦੇ ਦੌਰ ਪਲਾਸੀ ਦੀ ਲੜਾਈ ਲੜੀ ਗਈ ਸੀ 1757 ਇਸ ਵਿੱਚ ਲਾਰਡ ਕਲਾਈਬ ਨਾਲ ਹੋਈ ਸੀ ਠੀਕ ਹੈ ਜੀ ਇਹ ਬੰਗਾਲ ਦਾ ਨਵਾਬ ਬਣਿਆ ਸੀ 1756 ਚ ਤੇ ਜਿਹੜੀ ਸੌਰੀ 1700 ਜਿਹੜਾ 57 ਦੇ ਵਿੱਚ ਪਲਾਸੀ ਦੀ ਲੜਾਈ ਜਿਹੜਾ ਪਲਾਸੀ ਦਾ ਜੁੱਧ ਲੜਾਇਆ ਗਿਆ ਸੀ ਬਹੁਤ ਹੀ ਮਹੱਤਵਪੂਰਨ ਹੈ ਗਿਆ ਉਸ ਦਾ ਨਿਜ਼ਾਮ ਉਲ ਮੁਲਕ ਦਾ ਆਰੰਭਕ ਨਾਮ ਕੀ ਸੀ चीन ਇਹਦਾ ਜਿਹੜਾ ਰਾਮਕਨਾਸੀ ਚੀਨ ਕਿਲਿਚ ਖਾਨ ਨੈਕਸਟ ਹైదਰ ali ਦੇ ਪੁੱਤਰ ਦਾ ਕੀ ਨਾਮ ਸੀ ਟੀਪੂ ਸੁਲਤਾਨ ਜੀ ਹైਦਰ ali ਦੇ ਜਿਹੜਾ ਪੁੱਤਰ ਦਾ ਨਾਮ ਕੀ ਸੀ ਟੀਪੂ ਸੁਲਤਾਨ ਵੈਰੀ ਵੈਰੀ ਇੰਪੋਰਟੈਂਟ ਠੀਕ ਹੈ ਸੀ ਨੈਕਸਟ ਅੰਗਰੇਜ਼ਾਂ ਨਾਲ ਮੈਸੂਰ ਦੇ ਚੌਥੇ ਜੁੱਧ ਵਿੱਚ ਟੀਪੂ ਸੁਲਤਾਨ ਦੀ ਮੌਤ ਕਦੋਂ ਹੋਈ 1799 ਵਿੱਚ ਇਸ ਤੋਂ ਪਹਿਲਾਂ ਜਿਹੜਾ 2016 ਦਾ ਪੀਐਸ ਟੈਕ ਹੋਇਆ ਸੀ ਤਾਂ ਉਸ ਦੇ ਵਿੱਚ ਇਹ ਜਿਹੜਾ ਅੰਗਰੇਜ਼ਾਂ ਦਾ ਮੈਸੂਰ ਦਾ ਜੁੱਧ ਹੈ ਤਾਂ ਇਹ ਮੈਸੂਰ ਦੇ ਜੁੱਧੇ ਵਿੱਚ ਜਿਹੜੀਆਂ ਤਿੰਨੇ ਜੁੱਧ ਦੀਆਂ ਜਣੀਆਂ ਤਰੀਕ ਜਿਹੜੀਆਂ ਡੇਟਸ ਹੈਗੀਆਂ ਉਹ ਪੁੱਛੀਆਂ ਗਈਆਂ ਸੀ ਠੀਕ ਹੈ ਜੀ ਨੈਕਸਟ ਮਰਾਠਿਆਂ ਦਾ ਪਹਿਲਾ ਪੇਸ਼ਵਾ ਕੌਣ ਸੀ ਉਹ ਸੀ ਬਾਲਾਜੀ ਵਿਸ਼ੁਨਾਥ ਪੇਸ਼ਵਾ ਪ੍ਰਧਾਨ ਮੰਤਰੀ ਨੂੰ ਕਹਿਆ ਸੀ ਸ਼ਿਵਾ ਜਿਹੜਾ ਸ਼ਿਵਾਜੀ ਸੀ ਉਹਦੇ ਸਮੇਂ ਜਿਹੜਾ ਪੇਸ਼ਵਾ ਪ੍ਰਧਾਨ ਮੰਤਰੀ ਨੂੰ ਕਹਿਆ ਸੀ ਉਹਨਾਂ ਦਾ ਜਿਹੜਾ ਪਹਿਲਾ ਪ੍ਰਧਾਨ ਮੰਤਰੀ ਕਹेलो ਚਾਹੀ ਪੇਸ਼ਵਾ ਉਹ ਸੀ ਬਾਲਾਜੀ ਵਿਸ਼ੁਨਾਥ ਆਸ ਹੈ ਕਿ ਜੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਨੈਕਸਟ ਇਨਫੋਰਮੇਸ਼ਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜਰੂਰ ਕਰੋ ਤੇ ਬਾਕੀ ਆਪਣੇ ਦੋਸਤਾਂ ਵਿੱਚ ਵੀ ਸ਼ੇਅਰ ਕਰੋ ਥੈਂਕ ਯੂ ਸੋ ਮਚੀ